ਡੇਰਾਵਾਸੀ ਨੇੜਲੇ ਪਿੰਡ ਸੈਦਪੁਰਾ ਵਿਖੇ ਇੱਕ ਕਬਾੜੀਏ ਦੇ ਗੋਦਾਮ ਨੂੰ ਅਚਾਨਕ ਅੱਗ ਲੱਗ ਗਈ, ਜਿਸ ਕਾਰਨ ਉੱਥੇ ਖੜ੍ਹੀ ਇੱਕ ਇੰਡੀਕਾ ਕਾਰ ਅਤੇ ਇੱਕ ਮੋਟਰਸਾਈਕਲ ਸਮੇਤ ਲੱਖਾਂ ਰੁਪਏ ਦਾ ਕਬਾੜ ਸੜ ਕੇ ਰਾਖ ਹੋ ਗਿਆ। ਇਸ ਮੌਕੇ 'ਤੇ ਵੱਡੀ ਗਿਣਤੀ ਵਿੱਚ ਕੈਮੀਕਲ ਵਾਲੇ ਪਲਾਸਟਿਕ ਦੇ ਖਾਲੀ ਅਤੇ ਭਰੇ ਹੋਏ ਡਰੰਮਾਂ ਨੂੰ ਅੱਗ ਲੱਗ ਜਾਣ ਕਾਰਨ ਸਥਿਤੀ ਗੰਭੀਰ ਬਣੀ ਰਹੀ। ਅੱਛਾ ਜੀ, ਕੁਝ ਬੰਦੇ ਆਏ ਵੀ ਆ, ਉੱਥੇ ਅੱਗ ਲੱਗੀ ਆ, ਅਸੀਂ ਮੌਕੇ 'ਤੇ 2 ਵਜੇ ਲੈ ਕੇ ਆਏ ਆ। ਅੱਛਾ, ਅਤੇ ਆ ਕੇ ਅਸੀਂ ਅੱਗ ਬੁਝਾਉਣੀ ਸ਼ੁਰੂ ਕਰਤੀ, ਚਾਹੇ ਕੰਟਰੋਲ ਲੈ ਜੀ। ਕਿੰਨੀ ਕੁ ਦੇਰ ਹੋ ਗਈ ਆ ਜੀ? ਕਿੰਨੀਆਂ ਗੱਡੀਆਂ ਬਣੀ ਲੱਗੀਆਂ ਜੀ? ਫਿਲਹਾਲ 2 ਗੱਡੀਆਂ ਲੈ ਕੇ ਆਈਆਂ ਜੀ। ਹੋਰ ਲੱਗਣ ਦੀ ਕਿੰਨੀ ਖਾਸ ਹੈ? 2 ਗੱਡੀਆਂ ਸਾਡੀ ਹੋਰ ਆ ਰਹੀਆਂ ਨੇ ਜੀ, ਬਾਕੀ ਸਾਡੀ ਇੱਕ ਵਾਟਰ ਬੋਤਲ ਆ ਜਿਸ 'ਚ 3 ਗੱਡੀਆਂ ਪਾਣੀ ਦੀ ਆ ਜਾਂਦੀਆਂ ਨੇ। ਇਹ ਕਬਾੜੀ ਦੀ ਦੁਕਾਨ 'ਤੇ ਕੈਮੀਕਲ ਦੇ ਜਿੱਥੇ ਡਰੰਮ ਇੱਥੇ ਵੇਚੀ ਦਾ, ਉੱਥੇ ਲੱਗੀ ਅੱਗ? ਕੈਮੀਕਲ 'ਤੇ ਖਾਲੀ ਡਰੰਮ ਸੀ।